ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਬਠਿੰਡਾ ਤੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਡੈਮੋਕਰੈਟਿਕ ਅਲਾਈਅੰਸ ਤੋਂ ਬਠਿੰਡਾ ਦੇ ਕੈਂਡੀਡੇਟ ਲਾਈਵ ਹੋਏ ਅਤੇ ਉਹਨਾਂ ਨੇ ਵਿਖਾਇਆ ਕਿ ਕੀ ਬਾਦਲ ਦਲ ਨੇ ਬਠਿੰਡੇ ਨੂੰ ਕਿੱਦਾਂ ਕੈਲੀਫੋਰਨੀਆ ਦੇ ਵਿੱਚ ਬਦਲ ਦਿੱਤਾ। ਜੀ ਹਾਂ, ਕੈਲੀਫੋਰਨੀਆ ਬਣਾਇਆ ਗਿਆ ਬਠਿੰਡਾ, ਬਾਦਲਾਂ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਸੀ ਉਸ ਕੈਲੀਫੋਰਨੀਆ ਦੀ ਇੱਕ ਤਸਵੀਰ ਲਾਈਵ ਹੋ ਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਵਿਖਾਈ। ਆਓ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਤਸਵੀਰ ਦੇ ਉੱਤੇ ਕਿ ਆਖਿਰ ਕਿਸ ਪਿੰਡ ਦੇ ਵਿੱਚ ਪਹੁੰਚੇ ਸੀ ਅਤੇ ਪਿੰਡ ਦੀ ਕੀ ਤਕਲੀਫ ਸੀ ਅਤੇ ਕਿਹੜੀਆਂ ਗੱਲਾਂ ਪਿੰਡ ਦੀ ਆਵਾਮ ਨੇ ਸਾਂਝੀਆਂ ਕੀਤੀਆਂ ਸੁਖਪਾਲ ਸਿੰਘ ਖਹਿਰਾ ਦੇ ਨਾਲ। ਦੋਸਤੋ, ਇਸ ਵਕਤ ਅਸੀਂ ਕਾਲ ਝਰਾੜੀ ਪਿੰਡ ਆ, ਜਿਹੜਾ ਕਿ ਬਠਿੰਡਾ ਦਿਹਾਤੀ ਦਾ ਪਿੰਡ ਆ। ਇੱਥੇ ਬਾਦਲ ਦਾ ਬਿਲਕੁਲ ਲਾਗੇ ਪਿੰਡ ਆ। ਕਿੰਨੀ ਕੁ ਦੂਰ ਆ ਬਾਦਲ ਦਾ ਪਿੰਡ? 2-3 ਕਿਲੋਮੀਟਰ ਦੂਰ ਆ। ਇਸ ਪਿੰਡ ਵਿੱਚ ਬਾਦਲ ਸਾਹਿਬ ਦੇ ਟੱਬਰ ਨੇ ਆਪਣੀ ਸਹੂਲਤ ਲਈ ਇੱਥੇ ਮੰਡੀ ਵਿੱਚ ਹੈਲੀਪੈਡ ਬਣਾਈ ਆ, ਤਾਂ ਕਿ ਉਹ ਚੰਡੀਗੜ੍ਹੋਂ ਦਿੱਲੀਓਂ ਉੱਡ ਕੇ ਇਸ ਹੈਲੀਪੈਡ ਵਿੱਚ ਆ ਜਾਣ। ਹੈਲੀਪੈਡ ਤਾਂ ਬਣਾ ਲਈ, ਪਰ ਪਿੰਡਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਗਰੀਬਾਂ ਦੀਆਂ, ਜਿਹੜੇ ਨਰਕ 'ਚ ਰਹਿੰਦੇ ਨੇ, ਉਹਨਾਂ ਦਾ ਕਿਹਨੇ ਸਾਰ ਲੈਣੀ ਸੀ? ਉਹ ਕਿਸੇ ਵਾਸਤੇ ਕਦੀ ਕਿਸੇ ਨੇ ਸੋਚਿਆ ਨਹੀਂ। 5 ਵਾਰ ਚੀਫ ਮਿਨਿਸਟਰ ਬਣ ਗਏ, 8-9 ਸਰਕਾਰਾਂ ਕਾਂਗਰਸ ਅਤੇ ਅਕਾਲੀਆਂ ਨੇ ਬਣਾ ਲਈਆਂ। ਮੈਨੂੰ ਮੂੰਹ ਬੰਨਣਾ ਪਿਆ ਕਿਉਂਕਿ ਇੱਥੇ ਖੜ੍ਹੇ ਨਹੀਂ ਹੋਣ ਦਾ। ਆਹ ਦੇਖ ਲਓ, ਸਾਰਿਆਂ ਦੇ ਮੂੰਹ ਦਿਖਾ ਪ੍ਰਭ, ਇਹਨਾਂ ਨੂੰ ਇਹਦੇ ਖੜ੍ਹੇ ਨਹੀਂ ਹੋਣ ਦਾ। ਰਾਤ ਦੀ ਰੋਟੀ ਨਹੀਂ ਖਾ ਸਕਦੇ, ਇਹ ਕਿਉਂ ਨਹੀਂ ਖੜ੍ਹੇ ਹੋ ਸਕਦੇ? ਕਿਉਂਕਿ ਇੱਥੇ ਹੱਡਾ ਰੋੜੀ ਆ, ਸਾਡੀ ਇਹ ਪਿੰਡ ਦੀ ਹੱਡਾ ਰੋੜੀ ਦੇ ਵਿੱਚ ਨਾਲ ਹੀ ਇਹਨਾਂ ਦੇ ਘਰ ਨੇ ਸਾਰੀ ਹੱਡਾ ਰੋੜੀ। ਦਿਖਾਇਓ ਜਰਾ ਚੰਗੀ ਤਰ੍ਹਾਂ ਨਾਲ। ਇੱਥੇ ਇੰਨੀ ਸਮੈਲ ਆਉਂਦੀ, ਇੰਨੀ ਬਦਬੂ ਆ, ਇੰਨੀ ਬੁਰੀ ਹਾਲਤ ਆ ਕਿ ਇੱਥੇ ਸਾਰੇ ਕੁੱਤੇ ਆਣ ਕੇ ਪਿੰਡ ਦੇ ਜਿੰਨੇ ਪਿੰਜਰ ਪਏ ਨੇ ਇਹਨਾਂ ਨੂੰ ਨੋਚ ਕੇ ਖਾਂਦੇ ਨੇ। ਇੱਥੇ ਸਾਡੇ ਲੱਤਾਂ ਪੈਰਾਂ ਵਿੱਚ ਸਾਰਿਆਂ ਦੇ ਹੱਡੀਆਂ ਪਈਆਂ ਨੇ, ਸਾਰਿਆਂ ਨੇ ਚਿਹਰੇ ਬੰਨੇ ਹੋਏ ਨੇ, ਉਹ ਸਾਰੇ ਘਰ ਨੇ ਇਹਨਾਂ ਦੇ, ਗਰੀਬਾਂ ਦੇ, ਉੱਥੋਂ ਸ਼ੁਰੂ ਹੋ ਕੇ ਉਹ ਸਾਰੇ ਘਰ ਨੇ ਮੇਰੇ ਵੀਰੋ। ਦੇਖੋ ਤੁਸੀਂ ਵਿਕਾਸ ਅਤੇ ਕੈਲੀਫੋਰਨੀਆ ਜਿਹੜਾ ਸਵਰਗ ਬਣਾਇਆ ਬਠਿੰਡਾ, ਉਹ ਸਾਰੇ ਗਰੀਬਾਂ ਦੇ ਘਰ ਨੇ, ਉੱਤੇ ਗਰੀਬਾਂ ਦੇ ਚੜੇ ਹੋਏ ਨੇ। ਤੇ ਮੈਂ ਹੁਣ ਆਪਣੀ ਭੈਣ ਨੂੰ ਪੁੱਛਣਾ ਚਾਹੁੰਦਾ ਕਿ ਭੈਣ ਜੀ, ਦੱਸੋ ਜਰਾ ਤੁਹਾਡੀ ਕੀ ਸਮੱਸਿਆ? ਸਾਡੀ ਸਮੱਸਿਆ ਜੀ, ਉੱਥੋਂ ਮਸਾਨ ਘਰ ਚੱਕਿਆ ਜਾਵੇ ਜੀ, ਤੇ ਨਾ ਆ ਚੱਕਿਆ ਜਾਵੇ, ਕਿਤੇ ਹੋਰ ਲਾਗੇ ਬਣ ਜੇ ਜੀ ਪਾਸੇ। ਇਸ ਹੱਡਾ ਰੋੜੀ ਦੇ ਵਿੱਚ, ਇੱਕ ਮਿੰਟ, ਇਸ ਹੱਡਾ ਰੋੜੀ ਦੇ ਵਿੱਚ ਨਾਲ ਸ਼ਮਸ਼ਾਨ ਘਾਟ ਵੀ ਵਿੱਚ ਹੀ ਆ। ਇੱਥੇ ਨਾਲ ਹੀ ਵਿੱਚ ਸ਼ਮਸ਼ਾਨ ਘਾਟ, ਮੈਂ ਦਿਖਾਉਣਾ ਤੁਹਾਨੂੰ, ਉੱਥੇ ਤੱਕ ਲੈ ਕੇ ਜਾਓ, ਨਾਲ ਗੰਦਾ ਪਿੰਡ ਦਾ ਛੱਪੜ ਵੀ ਦਿਖਾਊਂਗਾ। ਤੁਸੀਂ ਦੱਸੋ ਕਿ ਜਿਹੜੀ ਇਹ ਹੱਡਾ ਰੋੜੀ ਆ, ਕੀ ਇਹਦੇ ਤੁਹਾਡੇ ਘਰਾਂ ਦੇ ਉੱਤੇ ਕੀ ਅਸਰ ਕੀ ਆ? ਬਦਬੂ ਆਉਂਦੀ ਆ ਜੀ, ਗੰਦੀਆਂ ਬਿਮਾਰੀਆਂ ਲੱਗਦੀਆਂ ਜੀ। ਤੁਸੀਂ ਕੁਛ ਰੋਟੀ ਬਾਰੇ ਕੱਲ ਕਹਿ ਰਹੇ ਸੀਗੇ, ਰੋਟੀ ਬਾਰੇ ਜੀ? ਖਾਧੀ ਨਹੀਂ ਜਾਂਦੀ ਜੀ, ਰਾਤ ਨੂੰ ਨੱਕ ਬੰਨ ਕੇ ਬਹਿੰਦੇ ਆ ਚੁੱਲ੍ਹੇ ਤੇ ਵੀ ਬਹਿੰਦੇ, ਜਦੋਂ ਨੱਕ ਬੰਨ ਕੇ ਬਹਿੰਦੇ ਆ। ਬਾਕੀ ਜੀ, ਪਸ਼ੂਆਂ ਨੂੰ ਵੀ ਕੁੱਤੇ ਖਾਂਦੇ ਆ, ਬੱਕਰੀਆਂ ਵੀ ਖਾਂਦੇ ਆ, ਲੇਲਿਆਂ ਨੂੰ ਵੀ ਖਾਂਦੇ ਆ, ਬਾਕੀ ਕੱਟੀ ਵੀ ਖਾ ਗਏ, ਇੱਕ ਬੱਚਿਆਂ ਨੂੰ ਵੀ ਚੁੰਬੜ ਸਕਦੇ ਆ ਜੀ। ਕੁੱਤੇ ਨੇ ਜਿਹੜੇ, ਹਾਂਜੀ ਕੁੱਤੇ, ਸਾਡੀ ਬਹੁਤ ਮੰਦੀ ਹਾਲਤ ਆ ਜੀ ਇੱਥੇ। ਸਾਡੇ, ਅਸੀਂ ਆਪ ਦਿਹਾੜੀਦਾਰ ਬੰਦੇ ਆ ਜੀ, ਅਸੀਂ ਖੇਤਾਂ 'ਚ ਜਾ ਕੇ ਰੋਟੀ ਖਾਂਦੇ ਹਾਂ, ਸਾਡੇ 5 ਸਾਲਾਂ ਦੇ ਜਵਾਕ ਵੀ ਸਕੂਲ 'ਚ ਜਾ ਕੇ ਰੋਟੀ ਖਾਂਦੇ ਆ ਜੀ। ਸਾਨੂੰ ਇੱਕ ਟਾਈਮ ਦੀ ਮਹਿਸੂਸ ਰੋਟੀ ਹੋ ਰਹੀ ਹੈ ਇੱਥੇ ਜੀ, ਸਾਡਾ ਜੀਣਾ ਹਰਾਮ ਆ ਇੱਥੇ। ਸਾਨੂੰ ਜਾਂ ਤਾਂ ਕਨੌਲੀਆਂ ਜਾਂ ਘਰ ਵਾਰ ਦਿੱਤੇ ਜਾਣ, ਜਾਂ ਅਸੀਂ ਇੱਥੋਂ ਛੱਡ ਕੇ ਚਲੇ ਜਾਵਾਂਗੇ। ਜੇ ਵੋਟਾਂ ਦਾ ਕੋਈ ਵੀ ਮਸਲਾ ਕਹਿੰਦੇ ਆ, ਕੋਈ ਵੀ ਸਰਕਾਰ ਕਹਿ ਰਹੀ ਆ, ਆਹ ਤੁਸੀਂ ਦੇਖ ਰਹੇ ਹਾਂ ਸਾਡੇ ਪਿੰਡ ਦੇ ਹਾਲਾਤ। ਸਾਨੂੰ ਇੰਨਾ 500 ਘਰ ਆਈ ਇੱਥੇ, ਕੋਈ ਨੀ ਚੰਗੀ ਤਰ੍ਹਾਂ ਵੱਸ ਰਿਹਾ ਜੀ। ਸ਼ਮਸ਼ਾਨ ਘਾਟ ਇੱਥੇ ਵਿੱਚ ਹੀ ਆ, ਉਹ ਰਹਿਣਾ ਚਾਹੀਦਾ ਜੀ, ਕੋਈ
ਦਿੱਕਤ ਨਹੀਂ ਸਾਨੂੰ ਹੱਡਾ ਰੋੜੀ ਚ ਹੱਡਾ ਰੋੜੀ ਦੀ ਜ਼ਿਆਦਾ ਸਮੱਸਿਆ ਹੋਵੇ। ਤੁਸੀਂ ਕੁਝ ਹੋਰ ਵੀ ਕੋਈ ਕਹਿਣਾ ਚਾਹੁੰਦੇ? ਵੀਰ ਜੀ ਇਹੀ ਹੈ ਸਾਡੀ, ਵੋਟ ਸਾਡਾ ਜਿੱਥੇ ਮਰਜ਼ੀ ਪਵਾਓ ਕੋਈ ਗੱਲ ਨੀ, ਵੋਟਾਂ ਤਾਂ ਪਾਉਣੀਆਂ ਹੀ ਆ, ਹੋਰ ਕੋਈ ਗੱਲ ਨੀ, ਵੋਟ ਤਾਂ ਆਪਦੇ ਘਰ ਨੀ ਰੱਖਣੀ, ਵੋਟ ਤਾਂ ਪਾਉਣੀ ਪਾਉਣੀ ਆ। ਸਾਡੀ ਹਰ ਵੇਲੇ ਇਹੀ ਬੇਨਤੀ ਆ ਵੀ ਮਸ਼ਾਨ ਘਰ ਚੱਕਿਆ ਜਾਵੇ। ਸ਼ਮਸ਼ਾਨ ਘਾਟ ਭਾਵਾਂ ਰਵੇ, ਹਾਲਾਂਕਿ ਘਰਾਂ ਦੇ ਆਬਾਦੀ ਦੇ ਬਿਲਕੁਲ ਵਿੱਚ ਆ, ਪਰ ਚਲੋ ਗਰੀਬ ਆਦਮੀ ਨੇ ਉਹ ਕਹਿੰਦੇ ਸ਼ਮਸ਼ਾਨ ਘਾਟ ਦੀ ਸਾਨੂੰ ਕੋਈ ਸਮੱਸਿਆ ਨੀ ਗੀ, ਇੱਥੋਂ ਇੱਕ ਹੱਡਾ ਰੋੜੀ ਚੁੱਕੀ ਜਾਵੇ, ਇੱਕ ਇਹਨਾਂ ਦਾ ਛੱਪੜ ਜਿਹੜਾ ਉਹ ਸਾਰੇ ਕਾਲ ਝਰਾਣੀ ਦਾ ਟੋਟਲ ਗੰਦਾ ਪਾਣੀ, ਮੀਂਹ ਦਾ ਪਾਣੀ ਸਾਰਾ ਇਹਨਾਂ ਗਰੀਬਾਂ ਦੇ ਘਰਾਂ ਵਿੱਚ ਆਉਂਦੇ। ਆਓ ਮੈਂ ਹੁਣ ਤੁਹਾਨੂੰ ਪਿੰਡ ਦਾ ਛੱਪੜ ਵੀ ਦਿਖਾਈ ਆ, ਆਓ ਤਰੋ ਮੇਰੇ ਨਾਲ। ਗੁਰਚਰਨ ਤੂੰ ਪਾਣੀ ਦੀ ਗੱਲ ਦੱਸਿਆ ਸੀ, ਪਿੰਡ ਦੇ ਪਾਣੀ ਦੀ, ਪਾਣੀ ਦੀ ਕੀ ਗੱਲ ਹੈ? ਜੇ ਪਾਣੀ ਦੀ ਸਮੱਸਿਆ ਸਾਡੇ ਪਿੰਡ ਚ ਵਧੀਆ ਹੀ ਹਜੇ ਤੱਕ ਤਾਂ ਚੱਲ ਰਹੀ ਵਧੀਆ, ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੇ, ਹੁਣ ਤੇ ਹੁਣ ਵਾਲੇ ਨਵੀਂ ਪੰਚਾਇਤ ਅੱਜ ਤੋਂ ਹੱਡਾ ਰੋੜੀ ਦਾ ਕਰਕੇ ਸਾਡੇ ਯਾਰ ਮਿੱਤਰ ਸਾਰੇ ਛੱਡ ਚੁੱਕੇ ਆ ਸਾਨੂੰ, ਇਸ ਕਰਕੇ ਵੀ ਹੱਡਾ ਰੋੜੀ ਦਾ ਮੁਸ਼ਕ ਮਾਰਦਾ ਜੀ। ਸਾਨੂੰ ਪਾਣੀ ਦੀ ਬੋਤਲ ਲਿਆ ਦਿੰਦੇ, ਕਿਸੇ ਮੁਲਾਜ਼ਮ ਨੂੰ ਇੱਥੇ ਇੱਕ ਮਿੰਟ ਗਲਾਸ ਭਰ ਕੇ ਪੀ ਲੈਣ, ਮੈਂ ਦੇਣਦਾਰ ਆ। ਸ਼ਮਸ਼ਾਨ ਘਾਟ ਹੈ ਜੀ ਵਿੱਚ ਹੀ, ਜਿਹੜਾ ਕਿ ਅਸੂਲਣ ਵੈਸੇ ਆਬਾਦੀ ਦੇ ਵਿੱਚ ਸ਼ਮਸ਼ਾਨ ਘਾਟ ਵੀ ਨਹੀਂ ਚਾਹੀਦਾ, ਪਰ ਇਹ ਫਿਰ ਵੀ ਗਰੀਬ ਕਹਿੰਦੇ ਨੇ ਕਿ ਇਹ ਸ਼ਮਸ਼ਾਨ ਘਾਟ ਹੈ, ਇਹਨਾਂ ਗਰੀਬਾਂ ਨੂੰ ਇਹਦਾ ਕੋਈ ਇਹਦੇ ਬਾਰੇ ਬੁਰਾ ਨਹੀਂ ਮਨਾ ਰਹੇ, ਹਾਲਾਂਕਿ ਆਬਾਦੀ ਵਿੱਚ ਸ਼ਮਸ਼ਾਨ ਘਾਟ ਵੀ ਨਹੀਂ ਚਾਹੀਦਾ। ਹਾਂਜੀ, ਇੱਥੋਂ ਅੱਜ ਮੇਰਾ 1-3 ਮਹੀਨੇ ਹੋ ਗਏ ਯਾਰ ਮਿੱਤਰ ਬਣਿਆ ਮਰੇ ਹੋਏ ਨੂੰ, ਉਹਦੇ ਕੋਈ ਰਿਸ਼ਤੇਦਾਰ ਨਹੀਂ ਆਇਆ, ਇਸ ਕਰਕੇ ਨਹੀਂ ਆਇਆ, ਹੱਡਾ ਰੋੜੀ ਦਾ ਮੁਸ਼ਕ ਮਾਰ ਰਿਹਾ ਸੀ। ਬਹੁਤ ਬੁਰੀ ਹਾਲਤ ਹੈ, ਆਓ ਛੱਪੜ ਦਿਖਾਉਣੇ, ਇੱਕ ਮਿੰਟ ਬਹੁਤ ਲੱਗੇ ਬਿਲਕੁਲ। ਹੈਲੋ, ਹੁਣ ਆਹ ਪਿੰਡ ਦਾ ਇੱਕ ਮਿੰਟ ਛੱਪੜ ਦੇਖੋ, ਆ ਛੱਪੜ ਆ ਜੀ, ਆ ਘਰ ਆ ਸਾਡੇ, ਸਭ ਇੱਕ ਮਿੰਟ ਐਕਸਪਲੇਨ ਕਰ ਲੈਣ ਦਿਓ, ਇਹ ਇੱਧਰ ਆ ਬੇਟਾ, ਨਾਲੇ ਛੱਪੜ ਦਿਖਾਓ, ਨਾਲੇ ਨਕਸ਼ਾ ਘਰ ਦਾ ਦਿਖਾ ਦਿਓ ਨਾਲ। ਇੱਕ ਮਿੰਟ ਮੈਂ ਦੱਸਣਾ ਚਾਹੁੰਦਾ ਕਿ ਇਹ ਕਾਲ ਚਰਾਣੀ ਪਿੰਡ ਬਾਦਲ ਦੇ ਪਰਿਵਾਰ ਦੇ 3-4 ਕਿਲੋਮੀਟਰ ਤੇ, ਮੈਂ ਪਹਿਲਾਂ ਵੀ ਕਿਹਾ ਕਿ ਇੱਥੇ ਉਹਨਾਂ ਨੇ ਆਪਣੀ ਫੈਸਿਲਿਟੀ ਤਾਂ ਬਣਾ ਲਈ, ਹੈਲੀਕਾਪਟਰ ਦਾ ਲੈਂਡਿੰਗ ਹੈਲੀਪੈਡ ਤਾਂ ਬਣਾ ਲਈ, ਪਰ ਇਹਨਾਂ ਗਰੀਬਾਂ ਦੇ ਚਿਹਰੇ ਦੇਖ ਕੇ ਦੇਖੋ ਕੀ ਹਾਲਾਤ ਨੇ। ਆਹ ਹੁਣ ਛੱਪੜ ਦੇਖੋ ਜਰਾ, ਜਿਹੜਾ ਕਹਿੰਦੇ ਨੇ ਕਿ ਅਸੀਂ ਸਵਰਗ ਬਣਾ ਤਾ, ਇੱਕ ਮਿੰਟ ਜੀ, ਆਹ ਜਿਹੜਾ ਛੱਪੜ ਦੇਖ ਲਓ, ਸਾਰੇ ਪਿੰਡ ਦਾ ਟੋਟਲ ਗੰਦਾ ਪਾਣੀ ਇਸ ਛੱਪੜ ਵਿੱਚ ਆਉਂਦਾ, ਤੇ ਇਹਨਾਂ ਦੇ ਹੁਣ ਘਰ ਦੇਖ ਲਓ, ਇਹਨਾਂ ਦੇ ਆਹ ਸਾਰੇ ਘਰ ਨੇ ਜਿਹੜੇ ਛੱਪੜ ਦੇ ਕੰਢੇ ਰਹਿੰਦੇ ਨੇ ਗੰਦੇ, ਤੇ ਨਾਲ ਹੱਡਾ ਰੋਡ ਦੇ ਵਿੱਚ ਰਹਿੰਦੇ ਨੇ, ਤੇ ਨਾਲ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਨੇ, ਆਹ ਸਾਰੇ ਘਰ ਨੇ। ਤਕਰੀਬਨ ਕਿੰਨੇ ਕੁ ਘਰ ਹੋਣਗੇ ਇੱਥੇ ਆਬਾਦੀ 'ਚ? 400-500 ਘਰ ਹੈਗਾ ਜਿਹਦੀ ਤੁਸੀਂ ਹਾਲਾਤ ਦੇਖ ਸਕਦੇ ਹੋ। ਸੋ ਮੈਂ ਤਾਂ ਸਿਰਫ ਇਹ ਪਿੰਡ ਵਿੱਚ ਪਾਣੀ ਦੀ ਵੀ ਬੜੀ ਸਮੱਸਿਆ, ਬਿਮਾਰੀਆਂ ਵੀ ਲੱਗ ਰਹੀਆਂ ਤੁਹਾਨੂੰ ਇਸ ਪਿੰਡ ਵਿੱਚ, ਇਸ ਪਿੰਡ ਵਿੱਚ ਕੈਂਸਰ ਵਗੈਰਾ ਦੀ ਵੀ ਸ਼ਿਕਾਇਤ ਹੈਗੀ, ਸਾਰਾ ਗੰਦਾ ਪਾਣੀ ਆ ਰਿਹਾ, ਬਿਲਕੁਲ ਜੰਮਿਆ ਪਿਆ ਹੁੰਦਾ ਵਿੱਚ। ਤੁਹਾਡੇ
ਪਿੰਡ ਦੇ ਤੁਸੀਂ ਸਕੂਲ ਦੇ ਨਾਲ ਸੰਤੁਸ਼ਟ ਹੈ ਜੋ ਪਿੰਡ ਵਿੱਚ ਸਕੂਲ ਜਿਹੜਾ ਤੁਹਾਡੇ ਬੱਚੇ ਪੜ੍ਹਦੇ ਨੇ ਉਹਨੇ ਤੁਹਾਨੂੰ ਲੱਗਦਾ ਕਿ ਉੱਥੇ ਪੜ੍ਹਾਈ ਹੋ ਰਹੀ ਕਿਸੇ ਗਰੀਬ ਚੰਗੀ ਪੜ੍ਹਾਈ ਮਿਲ ਰਹੀ ਹੈ ਨਹੀਂ ਹੋਈ ਨਹੀਂ ਜਵਾਬ ਕੋਈ ਚੰਗੀ ਤਰ੍ਹਾਂ ਪੜ੍ਹ ਨਹੀਂ ਰਿਹਾ 35 ਸਾਲ ਤੋਂ ਬਾਅਦ ਸਰਕਾਰ ਆ ਰਹੀ ਹੈ ਆਈ ਮੁੰਡਾ 35 ਸਾਲ ਇਹਦੀ ਬੀਏ ਕੀਤੀ ਹੈ ਇਹਦਾ ਕੋਈ ਹੱਲ ਹੈਗਾ ਜੀ ਬੀਏ ਪਾਸ ਬੱਚਾ ਹਾਂਜੀ ਇਹਦੋਂ ਸਵਾਲ ਕਰਵਾਓ ਬੇਟੇ ਕਿੱਥੋਂ ਬੀਏ ਕਿੱਥੋਂ ਕੀਤੀ ਮੈਂ ਗਵਰਨਮੈਂਟ ਰਜਿੰਦਰਾ ਕਾਲਜ ਤੋਂ ਬੀਏ ਪਾਸ ਹਾਂ ਤੇ ਹੁਣ ਐਮਏ ਪੋਲੀਟੀਕਲ ਕਰ ਰਿਹਾ ਕੁੱਦਾ ਯੂਨੀਵਰਸਿਟੀ ਕਾਲਜ ਇਹੀ ਇੱਥੋਂ ਪਿੰਡ ਦਾ ਤੇਰਾ ਰਹਿਣ ਵਾਲਾ ਮੁੰਡਾ ਘਰਾਂ ਵਿੱਚ ਹੀ ਰਹਿਣਾ ਤੂੰ ਤੇ ਬੇਟੇ ਦੱਸ ਮੈਨੂੰ ਕਿ ਕਿਸੇ ਤਰ੍ਹਾਂ ਜੋਬ ਦੀ ਕੋਈ ਤੈਨੂੰ ਆਸ ਹੈ ਨਹੀਂ ਸਰ ਹਾਲੇ ਤੱਕ ਕੋਈ ਜੋਬ ਦੀ ਆਸ ਵੀ ਹੈ ਨਹੀਂ ਗੀ ਕੋਈ ਇਹਨਾਂ ਨੇ ਸਰਕਾਰ ਵੱਲੋਂ ਕੋਈ ਓਪਰਚੁਨਿਟੀ ਨਹੀਂ ਆ ਰਹੀ ਕੈਪਟਨ ਸਾਹਿਬ ਜਿਹੜੇ ਕਹਿ ਰਹੇ ਆ ਵੀ 4 ਲੱਖ ਨੌਕਰੀ ਦਿੱਤੀ 5 ਲੱਖ ਨੌਕਰੀ ਦਿੱਤੀ ਉੱਥੇ ਮੈਂ ਜਾ ਕੇ ਜੋਬ ਦੇ ਵਿੱਚ ਇੰਟਰਵਿਊ ਦੇ ਵਿੱਚ ਗਿਆ ਸੀ ਤੇ ਮੈਂ ਉੱਥੇ ਗਿਆ ਜਿਹੜੇ ਇਹਨਾਂ ਨੇ ਪ੍ਰਾਈਵੇਟ ਦੇ ਰਹੇ ਜੋਬ ਜਿਹੜੇ ਰੋਜ਼ਗਾਰ ਮੇਲੇ ਲਾਏ ਸੀਗੇ ਰੋਜ਼ਗਾਰ ਮੇਲੇ ਮੈਂ ਆਪ ਰੋਜ਼ਗਾਰ ਮੇਲੇ ਦੇ ਵਿੱਚ ਵੀ ਜਾ ਕੇ ਆਇਆ ਤੇ ਜੋਬ ਦੇ ਲਈ ਜੋ ਦੇਖਿਆ ਮੈਂ ਬੀਏ ਦੇ ਬੇਸ ਜਿਹੜੀ ਜੋਬ ਦੇ ਰਹੇ ਸੀ ਸਿਰਫ 5000 ਰੁਪਇਆ ਉਹ ਵੀ ਮੋਹਾਲੀ ਦੇ ਵਿੱਚ ਇਹਨਾਂ ਦੀ ਜੋਬ ਲੋਕੇਸ਼ਨ ਮੋਹਾਲੀ ਦੇ ਵਿੱਚ ਦਿੱਤੀ ਉਹ ਜੀ ਲਓ ਜੀ ਰੋਜ਼ਗਾਰ ਮੇਲਿਆਂ ਦਾ ਸੱਚ ਸਾਹਮਣੇ ਆ ਗਿਆ ਇੱਕ ਕਾਲ ਚਰਾਣੀ ਦਾ ਇੱਕ ਗਰੀਬ ਦਲਿਤ ਪਰਿਵਾਰ ਦਾ ਬੱਚਾ ਜਿਹੜਾ ਕਿ ਐਮਏ ਪੋਲੀਟੀਕਲ ਸਾਇੰਸ ਕਰ ਰਿਹਾ ਜਿਹੜਾ ਬੀਏ ਪਾਸ ਕਰ ਚੁੱਕਿਆ ਵਾ ਉਸ ਰੋਜ਼ਗਾਰ ਮੇਲੇ ਦੇ ਵਿੱਚ ਗਿਆ ਇਹਨੂੰ 5000 ਰੁਪਏ ਦੀ ਜੋਬ ਦੇ ਰਹੇ ਸੀ ਪੋਸਟ ਗ੍ਰੈਜੂਏਟ ਬੱਚੇ ਨੂੰ ਪਰ ਉਹ ਦੇ ਰਹੇ ਸੀ ਮੋਹਾਲੀ ਇੰਨਾ ਤਾਂ ਇਹਦਾ ਕਿਰਾਇਆ ਲੱਗ ਜਾ ਕਰਨਾ ਸੀ ਕਾਲ ਚਰਾਣੀ ਤੋਂ ਬਠਿੰਡੇ ਆਉਣ ਜਾਣ ਵਿੱਚ ਮੋਹਾਲੀ ਤੋਂ ਆਉਣ ਜਾਣ ਵਿੱਚ ਸੋ ਇਹ ਜਵਾਨ ਨੌਜਵਾਨਾਂ ਦੀ ਰੋਜ਼ਗਾਰ ਦੀ ਸਮੱਸਿਆ ਵੀ ਇੱਥੇ ਸਾਹਮਣੇ ਆ ਗਈ ਪਿੰਡਾਂ ਵਿੱਚ ਜਿਹੜੀ ਕੋਈ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ਉਹਦੇ ਬਾਰੇ ਕੀ ਹਾਲਾਤ ਉਹਦਾ ਕਿੱਦਾਂ ਦਾ ਹਾਲਾਤ ਇਲਾਜ ਹੈ ਨਹੀਂ ਗਾ ਜੀ ਸਾਡੇ ਪਿੰਡ ਡਿਸਪੈਂਸਰੀ ਵਗੈਰਾ ਕੁਝ ਪਰ ਉਹਦੇ ਚ ਕੋਈ ਦਵਾਈ ਜਾਂ ਇਲਾਜ ਨਹੀਂ ਗਾ ਇਲਾਜ ਕਿੱਥੋਂ ਕਰਾਉਣੇ ਜੇ ਤੁਹਾਨੂੰ ਕੋਈ ਬਿਮਾਰੀ ਅਸੀਂ ਜੀ ਦਿਹਾੜੀਦਾਰ ਬੰਦੇ ਆ ਅਸੀਂ ਆਪਦੀ ਮਜ਼ਦੂਰੀ ਕਰਕੇ ਆਪਦਾ ਆਪ ਕਰਾਉਣੇ ਆ ਜੀ ਕਿਤੇ ਇਲਾਜ ਕਰਾਉਣ ਚੁੱਕੇ ਨਹੀਂ ਗੇ ਤੁਸੀਂ ਜੀ ਜੇ ਕੋਈ ਵੱਡੀ ਜੇ ਵੱਡੀ ਬਿਮਾਰੀ ਹੋਵੇ ਉਹਦਾ ਨਹੀਂ ਤੁਸੀਂ ਇਲਾਜ ਕਰਾਉਣਾ ਹਾਂਜੀ ਨਹੀਂ ਸਰ ਕਰਾ ਸਕਦੇ ਤੁਹਾਡੇ ਚੋਂ ਕਿਸੇ ਹੋਰ ਨੇ ਕੋਈ ਗੱਲ ਕਹਿਣੀ ਆ ਮੂੰਹ ਬੰਨੇ ਹੋਏ ਤੁਸੀਂ ਪਹਿਲੇ ਕਿਸੇ ਨੇ ਦੱਸਾਂ ਕੁਝ ਹੋਰ ਕੋਈ ਸੰਗੋ ਨਾ ਅੱਗੇ ਸੰਗ ਸੰਗ ਕੇ ਚੁੱਪ ਰਹਿ ਕੇ ਇਹਨਾਂ ਲੀਡਰਾਂ ਦੇ ਸਾਹਮਣੇ ਆ ਆਪਾਂ ਹੱਡਾ ਰੋੜੀ ਤੇ ਪਹੁੰਚੇ ਆ ਜੇ ਤੁਸੀਂ ਸਵਾਲ ਕਰਦੇ ਹੁੰਦੇ ਜੇ ਇਹਨਾਂ ਲੀਡਰਾਂ ਨੂੰ ਪੁੱਛਦੇ ਹੁੰਦੇ ਸ਼ਾਇਦ ਅੱਜ ਨੌਬਤ ਚੰਗੀ ਹੁੰਦੀ ਲਾ ਕੇ ਸਾਨੂੰ ਕਹਿੰਦੇ ਤੁਹਾਡਾ ਆਹ ਕੰਮ ਕਰਾਵਾਂਗੇ ਤੁਹਾਡਾ ਆਹ ਕੰਮ ਕਰਾ ਦੇਵਾਂਗੇ ਸਰ ਸਾਡਾ ਕੋਈ ਮਸਲਾ ਹੱਲ ਨਹੀਂ ਜੀ ਕੀਤਾ ਇਹਨਾਂ ਨੇ ਸਾਥੋਂ ਵੋਟਾਂ ਲਾਈ ਗਏ ਆ ਸਾਨੂੰ ਜੀ ਮਿੱਠੀਆਂ ਗੋਲੀਆਂ ਦਿੱਤੀਆਂ ਇਹਨਾਂ ਨੇ ਤੇ ਮਿੱਠੀਆਂ ਗੋਲੀਆਂ ਦੇ ਦੇ ਕੇ ਸਾਥੋਂ ਜੀ ਵੋਟਾਂ ਪਵਾਈਆਂ ਕੋਈ ਹੱਡਾ ਨੂੜੀ ਅੱਜ ਦਿਖਰਾਇਆ ਨਹੀਂ ਸਮਰ ਕੌਰ ਨਹੀਂ ਆਈ ਕੋਈ ਕਾਂਗਰਸ ਨਹੀਂ ਆਇਆ ਉੱਥੇ ਧਰਮਸ਼ਾਲ ਚ ਮੁੜ ਜਾਂਦੇ ਪਹਿਲੇ ਤੁਸੀਂ ਆਏ ਮੈਂ ਵੀ ਆਇਆ ਹੀ ਆ ਹਲੇ ਮਸਲਾ ਦਾ ਹੱਲ ਕਰਨਾ ਬਾਕੀ ਆ ਪਰ ਮੇਰੀ ਹਮਦਰਦੀ ਆ ਤੁਹਾਡੇ ਨਾਲ ਤੁਸੀਂ ਜੀ ਘੰਟਾ ਘੜੀ ਆਏ ਆ ਤੁਸੀਂ ਵੀ ਮੂੰਹ ਮੰਨ ਕੇ ਗੱਲ ਕੀਤੀ ਆ ਸਾਡੇ ਵੀ ਹਾਲਾਤ ਵੇਖੋ ਜਿਹੜੇ ਬਹੁਤ ਬਹੁਤ ਬੁਰੀ ਹਾਲਤ ਆ ਮੈਂ ਤਾਂ ਛੱਪੜ ਦੇ ਅੱਗੇ ਲਾਉਂਦਾ ਹਾਂ ਹਲੇ ਠੰਡ ਆਈ ਗਰਮੀ ਹੁੰਦੀ ਆ ਗਰਮੀ ਵਿੱਚ ਚਲੋ ਤਾਂ ਕਿ ਕੋਈ ਰਿਸ਼ਤੇਦਾਰ ਸਾਡੀ ਕੋਈ ਭੈਣ ਭਾਈ ਨਹੀਂ ਖੜਦਾ ਜੀ ਆ ਕੇ ਕੋਈ ਮੈਂ ਤੁਹਾਡੀ ਰਿਸ਼ਤੇਦਾਰ ਵੀ ਕਹਿ ਦਿੰਦੇ ਸਾਡੇ ਜਾ ਕੇ ਕੀ ਕਰਕੇ ਸਾਡੇ ਤਾਂ ਬਦਵਾਦ ਮਾਰਦੀ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਤੁਹਾਡੇ ਨਾਲ ਹਮਦਰਦੀ ਹਾਂ ਮੈਂ ਉਹ ਢੇਰ ਲੱਗਿਆ ਪਿਆ ਹੱਡਾਂ ਦਾ ਕਰੇ ਉਹ ਜਾ ਕੇ ਕਰ ਕੋਈ ਦਿਖਾ ਲਿਆ ਜੀ ਸਾਡੇ ਚੁੱਲ੍ਹੇ ਨਾਲ ਹੱਡ ਪਏ ਆ ਜਾ ਕੇ ਹੱਡਾਂ ਦਾ ਹੱਡਾਂ ਦਾ ਢੇਰ ਹੱਡ ਕੁੱਤੇ ਜਾਂਦੇ ਰਾਤ ਨੂੰ ਚੱਕ ਕੇ ਦਿਨੇ ਅਸੀਂ ਚੱਕ ਕੇ ਛੱਡ ਲਏ ਫੇਰ ਰਾਤ ਨੂੰ ਆਦੇ ਢੇਰ ਹਾ ਸਾਹਮਣੇ ਪਿਆ ਤੇ ਹੁਣ ਤਾਂ ਹੱਡਾਂ ਰੋੜੀ ਚ ਜਾਂਦੇ ਵੀ ਨਹੀਂ ਜੀ ਇੱਥੇ ਮਸਾਨ ਘਰ ਕੋਈ ਛਿੱਟ ਕੇ ਤੁਰੇ ਜਾਂਦੇ ਆ ਜਿਹੜੇ ਪਿੰਜਰ ਲੈ ਕੇ ਆਉਂਦੇ ਮਰੇ ਪਸ਼ੂ ਇਹ ਮਰੇ ਪਸ਼ੂ ਕਿੱਥੋਂ ਲੈ ਕੇ ਆਉਂਦੇ ਨੇ ਦੋਸਤੋ ਤੁਸੀਂ ਇਸ ਵਕਤ ਹੁਣ ਇਹ ਹਾਲਾਤ ਇਸ ਨਗਰ ਦੇ ਜਿਹੜਾ ਕਿ ਬਾਦਲ ਪਿੰਡ ਦੇ 2-3-4 ਕਿਲੋਮੀਟਰ ਦੀ ਵਿਸਿਨਿਟੀ ਦੇ ਵਿੱਚ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਅਸਲ ਜ਼ਮੀਨ ਦੇ ਉੱਤੇ ਬਠਿੰਡਾ ਲੋਕ ਸਭਾ ਜਿਹੜਾ ਕਿ ਕਹਿੰਦੇ ਆ ਕਿ ਅਸੀਂ ਬਹੁਤ ਵਿਕਾਸ ਕੀਤਾ ਅਸੀਂ ਵਿਕਾਸ ਦੀ ਨੇਰੀ ਲੈਂਦੀ ਆ ਬਹੁਤ ਸਾਰੇ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਅਸਲ ਪੋਜੀਸ਼ਨ ਕੀ ਆ ਉਹ ਤੁਸੀਂ ਇੱਕ ਗਰੀਬ ਬਸਤੀ ਦੇ ਵਿੱਚ
ਹਾਲਾਤ ਦੇਖ ਰਹੇ ਨੇ। ਵੈਸੇ ਅੱਗੇ ਵੀ ਥੋੜਾ ਜਿਹਾ ਦਿਖਾ ਦਿਓ, ਸਾਰੇ ਸਾਰਾ ਗੰਦ ਹੀ ਗੰਦ ਆ ਸਾਰੇ ਪਾਸੇ। ਆਹ ਦਿਖਾ ਦਿਓ ਅਗਲੇ ਪਾਸੇ ਵੀ, ਸਾਰੇ ਰੂੜੀਆਂ ਦੇ ਢੇਰ ਲੱਗੇ ਹੋਏ ਨੇ, ਗੰਦਗੀ ਆ ਸਾਰੀ ਆਬਾਦੀ। ਆਹ ਸਾਰਾ ਛੱਪੜ ਹੀ ਆ ਜੀ, ਆਹ ਛੱਪੜ ਦੇ ਵਿੱਚ ਏਡੇ ਏਡੇ ਵੱਡੇ ਆਹ ਸਾਰਾ ਉੱਗਿਆ ਪਿਆ ਵਾ। ਹਾਂ ਸਵੱਛ ਭਾਰਤ ਗਵਰਨਮੈਂਟ ਆਫ ਇੰਡੀਆ ਦੇ ਗੱਲ ਖੁੱਲੇ ਦੇ ਵਿੱਚ ਆ ਕੇ ਕੋਈ ਵੀ ਕਰ ਸਕਦਾ, ਕਰ ਸਕਦੇ ਨੇ ਵੀ ਇਹਦੇ ਵਿੱਚ ਆ ਕੇ ਟਾਇਲਟ ਵਗੈਰਾ ਜਾ ਸਕਦੇ, ਲੈਟਰਨ ਵਗੈਰਾ ਘਰਾਂ ਵਿੱਚ ਨਹੀਂ ਬਣ ਸਕੇ? ਨਹੀਂ ਘਰਾਂ ਦੇ ਵਿੱਚ ਨਹੀਂ ਹੈ ਕੁਛ ਵੀ ਬਣਿਆ, ਥੋੜੇ ਹੋਣਗੇ ਸਾਰਿਆਂ ਦੇ ਨੇ, ਸਾਰਿਆਂ ਦੇ ਹੈ ਨੀ ਜੀ, ਬਾਕੀ ਸਾਰੇ ਇੱਥੇ ਖੁੱਲੇ ਜਾਂਦੇ ਨੇ। ਲੈਟਰੀਨ ਵਗੈਰਾ ਜਾਣ ਤੇ ਮਜਬੂਰ ਕੀਤਾ, ਕੋਈ ਸਹੂਲਤ ਨਹੀਂ ਆਉਂਦੀ ਜੀ ਸਾਨੂੰ, ਬੱਚਿਆਂ ਦੀ ਵਰਦੀਆਂ ਦੀ ਵੀ ਕੰਪਲੇਂਟ ਆ ਗਈ ਆ। ਔਰ ਇਸ ਪਿੰਡ ਵਿੱਚ ਮੋਦੀ ਸਾਹਿਬ ਦਾ ਜਿਹੜਾ ਸੀ ਨਾ ਸਵੱਛ ਭਾਰਤ ਦਾ ਵਾਅਦਾ, ਉਹ ਵੀ ਖਤਮ ਹੋ ਚੁੱਕਾ, ਟੁੱਟ ਗਿਆ ਵਾ, ਕਿਉਂਕਿ ਪਿੰਡਾਂ ਦੇ ਵਿੱਚ ਸਾਰੇ ਲੈਟਰੀਨਸ ਵਾਸਤੇ ਇਹਨਾਂ ਨੂੰ ਖੁੱਲੇ ਵਿੱਚ ਜਾਣ ਤੇ ਮਜਬੂਰ ਕੀਤਾ ਜਾ ਰਿਹਾ ਵਾ। ਇਹ ਸਾਰਾ ਇੱਕ ਪਿੰਡ ਦੀ ਗਰੀਬ ਬਸਤੀ ਦੀ ਇੱਕ ਟ੍ਰੇਲਰ ਦਿਖਾਇਆ, ਸਾਰੇ ਪੰਜਾਬ ਦੇ ਗਰੀਬਾਂ ਦੇ ਹਾਲਾਤ, ਘਰਾਂ ਦੇ, ਉਹਨਾਂ ਦੇ ਪਖਾਨਿਆਂ ਦੇ, ਉਹਨਾਂ ਦੇ ਸਕੂਲਾਂ ਦੇ, ਉਹਨਾਂ ਦੇ ਛੱਪੜਾਂ ਦੇ, ਉਹਨਾਂ ਦੇ ਸ਼ਮਸ਼ਾਨ ਘਾਟ ਦੇ, ਉਹਨਾਂ ਦੇ ਹੱਡਾ ਰੋੜੀ ਦੇ, ਲਗਭਗ ਸਮੱਸਿਆ ਸਾਰੇ ਪੰਜਾਬ ਦੀ ਹੈ। ਮੇਰੇ ਵੀਰੋ, ਵੋਟਾਂ ਪਾਉਣ ਤੋਂ ਪਹਿਲਾਂ ਜਿਹੜੇ ਕਹਿੰਦੇ ਅਸੀਂ ਪੁਸ਼ਤੈਨੀ ਅਕਾਲੀ ਹਾਂ, ਅਸੀਂ ਪੁਸ਼ਤੈਨੀ ਕਾਂਗਰਸੀ ਹਾਂ, ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇਹਨਾਂ ਚੀਜ਼ਾਂ ਤੋਂ ਉੱਠ ਕੇ ਇੱਕ ਵਾਰ ਇਸ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਔਰ ਇਹਨਾਂ ਲੋਕਾਂ ਨੂੰ ਇਸ ਰਾਜ ਭਾਗ ਚੋਂ ਕੱਢ ਕੇ ਆਓ, ਇੱਕ ਨਵਾਂ ਪੰਜਾਬ, ਇੱਕ ਸਾਫ਼ ਸੁਥਰਾ ਪੰਜਾਬ ਸਿਰਜਣ ਦੀ ਕੋਸ਼ਿਸ਼ ਕਰੀਏ। ਕੈਲੀਫੋਰਨੀਆ ਤਾਂ ਨਹੀਂ ਬਣਨਾ, ਝੂਠ ਬੋਲਦੇ ਨੇ, ਨਾ ਇਹ ਬਣੇ ਪੈਰਿਸ, ਨਾ ਇਹ ਬਣੇ ਸਵਰਗ। ਇਹਨੂੰ ਜੇ ਆਪਾਂ ਆਪਣਾ ਅਸਲ ਪੰਜਾਬ ਆਹ ਗਲੀਆਂ ਵੀ ਦਿਖਾਉਣੀਆਂ ਅੱਗੇ ਜਾ ਕੇ, ਇਹਨੂੰ ਆਪਣਾ ਉਹ ਪੰਜਾਬ ਬਣਾ ਲਈਏ ਜਿਹੜਾ ਸਾਡਾ ਪੁਰਾਣਾ ਪੰਜਾਬ, ਅੱਜ ਤੋਂ 35-40 ਸਾਲ ਪਹਿਲਾਂ ਸਾਡਾ ਪੰਜਾਬ ਸੀ। ਤਾਂ ਮੈਂ ਸਮਝੂੰਗਾ ਕਿ ਅਸੀਂ ਬੜੀ ਵੱਡੀ ਇੱਕ ਸੇਵਾ ਕੀਤੀ ਆ ਸਾਰਿਆਂ ਦੀ। ਜੇ ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਮਾਈਕ ਫੜਾਉਂਦਾ ਇਹਨਾਂ ਦੇ, ਤੁਸੀਂ ਹਾਲਾਤ ਦੇਖਦੇ ਤਾਂ ਤੁਹਾਨੂੰ ਆਪ ਤਰਸਾਉਣਾ ਸੀਗਾ ਕਿ ਇੱਕ ਆਹ ਗਲੀ ਵੀ ਦਿਖਾਉਣੀ ਸੀ ਮੈਨੂੰ, ਇੱਕ ਆਹ ਗਲੀ ਵੀ, ਆਹ ਗਲੀ ਵੀ ਦਿਖਾਈ ਸੀ ਮੈਨੂੰ, ਆਹ ਗਲੀ ਵੀ ਇੱਥੇ ਸੀ ਜਿਹੜੀ ਗਲੀ ਆ, ਇੱਥੇ ਮੈਨੂੰ ਕੋਈ ਗਲੀਆਂ ਦਿਖਾਈਆਂ ਸੀ ਜਿਹੜੇ ਇਹ ਅੰਦਰ ਤੁਹਾਡੇ ਘਰ ਆ, ਉੱਥੇ ਅੰਦਰ ਗਲੀਆਂ ਵੀ ਨੀ ਹੈਗੀਆਂ, ਕੱਚੀਆਂ ਨੇ, ਟੁੱਟੀਆਂ। ਆਹ ਵੀ ਦੇਖ ਲਓ, ਆਹ ਗਲੀ ਦਾ ਵੀ ਹਾਲਤ ਦੇਖ ਲਓ। ਜਿਹੜੇ ਕਹਿੰਦੇ ਅਸੀਂ ਸਾਰੇ ਬਠਿੰਡੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ, ਆਹ ਨਾਲੀ ਦਿਖਾ ਦੇ ਪਰਲੇ ਪਾਸੇ, ਆਹ ਇਸ ਪਿੰਡ ਦੀ ਗਲੀ ਦੇ ਨਾਲ ਅੱਗੇ ਤੱਕ ਦੇਖ ਲਓ ਤੁਸੀਂ ਸਾਰੇ ਗਰੀਬਾਂ ਦੇ ਘਰ ਦੇ ਹਾਲਾਤ ਕੀ ਨੇ, ਪੂਰੇ ਸਿਰੇ ਤੱਕ ਦੇਖ ਸਕਦੇ ਹੋ, ਜ਼ੂਮ ਕਰਕੇ ਅੱਛੀ ਤਰ੍ਹਾਂ ਦਿਖਾ ਦਿਓ ਜੀ। ਪਾਣੀ ਦੀ ਪਾਈਪ ਫੁੱਟੀ ਹੋਈ ਹੈ ਜੀ, ਉਹਦਾ ਕਿਸੇ ਵੱਲੋਂ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਜੀ। ਉਹ ਪਾਣੀ ਦੀ ਪਾਈਪ ਫੁੱਟੀ ਹੋਈ ਹੈ ਜੀ, ਉਹ ਸਾਰਾ ਅੱਗੇ ਆਣ ਕੇ ਬੋਲ ਅੱਗੇ, ਹਾਂ ਉਹ ਪਾਣੀ ਵਾਲੀ ਪਾਈਪ ਫੁੱਟੀ ਹੋਈ ਹੈ ਜੀ, ਕਾਫੀ ਟਾਈਮ ਤੋਂ ਹੋਈ, ਉਹ ਜਦੋਂ ਪਾਣੀ ਆਉਂਦਾ ਤੇ ਵਿਚਾਲੇ ਗਲੀ ਦੇ ਚਿੱਕੜ ਹੋ ਜਾਂਦਾ ਜੀ, ਤੇ ਉਹ ਗੰਦਾ ਪਾਣੀ ਰਲ ਰਲ ਅੱਗੇ ਕੱਕਰ, ਇਹ ਪੀਣ ਵਾਲਾ ਪਾਣੀ ਹੈ, ਪੀਣ ਵਾਲਾ ਪਾਣੀ ਜਾਂਦਾ ਜੀ, ਜਦੋਂ ਟੁੱਟਿਆ ਵਾ ਤੇ ਉਹਦੇ ਚ ਨਾਲੀ ਦਾ ਪਾਣੀ ਮਿਕਸ ਹੋ ਕੇ ਤੁਹਾਡੇ ਘਰਾਂ ਵਿੱਚ ਜਾਊਗਾ ਤੇ ਪੀਓਗੇ ਕੀ?
ਪੀਵੇ ਹੀ ਪੀ ਜਾਂਦੇ ਆ ਜੀ, ਬਿਲਕੁਲ ਮਿਕਸ ਨਹੀਂ ਹੋ ਰਿਹਾ ਜੀ। ਥੜਕੇ ਥੱਲੇ ਨੂੰ ਬਹਿ ਜਾਂਦੀ ਗਾਰ ਸਾਰੀ, ਚਲੋ ਖੈਰ। ਅੱਜ ਦੇ ਇਸ ਜਿਹੜਾ ਲਾਈਵ ਅਸੀਂ ਜੋ ਗੰਦਗੀ ਆ ਪਿੰਡਾਂ ਚ ਜਿਹੜੇ ਗਰੀਬਾਂ ਦੇ ਹਾਲਾਤ ਨੇ ਉਹਦੇ ਨਾਲ ਤੁਹਾਨੂੰ ਜਾਣੂ ਕਰਵਾਇਆ ਵਾ। ਮੈਨੂੰ ਪੂਰਾ ਆਸ ਹੈ ਕਿ ਤੁਸੀਂ ਸਾਰੇ ਜਿਹੜੇ ਵੀ ਲੋਕ ਇਸ ਲਾਈਵ ਨੂੰ ਦੇਖ ਰਹੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਲੀਡਰ ਗੱਪਾਂ ਕਿੱਦਾਂ ਮਾਰਦੇ ਨੇ ਤੇ ਜ਼ਮੀਨ ਦੇ ਉੱਤੇ ਹਕੀਕਤ ਕੀ ਹੈ। ਇਹੀ ਅੱਜ ਤੁਹਾਨੂੰ ਦਿਖਾਉਣਾ ਸੀਗਾ ਪਿੰਡ ਅਕਾਲ ਚਰਾਣੀ, ਪਿੰਡ ਅਕਾਲ ਚਰਾਣੀ ਤੋਂ ਬਠਿੰਡਾ ਰੂਰਲ ਤੋਂ ਤੁਹਾਡਾ ਆਪਣਾ ਇੱਕ ਰਿਪੋਰਟਰ ਸੁਖਪਾਲ ਸਿੰਘ ਖਹਿਰਾ ਅੱਜ ਬੋਲਦਾ ਹੋਇਆ ਸਾਡੇ ਨਾਲ, ਕੈਮਰਾਮੈਨ ਕੀ ਨਾਮ ਬੇਟੇ ਤੇਰਾ, ਦੀਵਾਨ ਕੈਮਰਾਮੈਨ ਕੇ ਸਾਥ ਸੁਖਪਾਲ ਸਿੰਘ ਖਹਿਰਾ, ਧੰਨਵਾਦ ਜੀ। ਗੁਰਪਿਆਰੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸਿਆ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਪੰਜਾਬ ਨੂੰ ਤੀਜਾ ਬਦਲ ਦੇ ਪਾਉਂਦਾ ਹੈ ਜਾਂ ਨਹੀਂ ਦੇ ਪਾਉਂਦਾ, ਪਰ ਹਾਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਅਲਾਈਅੰਸ ਵੱਲੋਂ ਉਹ ਵਾਕਈ ਹੀ ਕਾਬਲੇ ਤਾਰੀਫ ਹੈ। ਜੇਕਰ ਪਿੰਡ ਪਿੰਡ ਜਾ ਕੇ ਪਿੰਡ ਦਾ ਹਾਲ ਪੁੱਛਿਆ ਜਾ ਰਿਹਾ ਹੈ ਤੇ ਜੇਕਰ ਵਾਕਈ ਹੀ ਇਹ ਦਿਲੋਂ ਲੱਗੇ ਹੋਏ ਨੇ ਪੰਜਾਬ ਨੂੰ ਇੱਕ ਤੀਜਾ ਬਦਲ ਦੇਣ ਵਾਸਤੇ ਤਾਂ ਪੰਜਾਬ ਨੂੰ ਚਾਹੀਦਾ ਕਿ ਇੱਕ ਵਾਰ ਇਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇ, ਕਿਉਂਕਿ ਇੱਕ ਕੋਸ਼ਿਸ਼ ਆਮ ਆਦਮੀ ਪਾਰਟੀ ਨੇ ਵੀ ਕੀਤੀ ਸੀ ਪਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਕਾਬਜ਼ ਹੋਣ ਤੋਂ ਪਹਿਲਾਂ ਹੀ ਖੇਰੂ ਹੋ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਜੋ ਕਈ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਫਰੰਟਾਂ ਦੇ ਗੱਠਜੋੜ ਦੇ ਨਾਲ ਹੋਂਦ ਵਿੱਚ ਆਇਆ ਹੈ, ਉਹ ਆਪਣਾ ਵਜੂਦ 2019 ਦੀਆਂ ਚੋਣਾਂ ਵਿੱਚ ਬਚਾ ਪਾਉਂਦਾ ਹੈ, ਬਣਾ ਪਾਉਂਦਾ ਹੈ ਜਾਂ ਨਹੀਂ ਬਣਾ ਪਾਉਂਦਾ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।